ਸਿਹਤ ਮੰਤਰਾਲਾ ਨੇ ਕੋਵਿਡ 19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ ਹਸਪਤਾਲਾਂ ਨੂੰ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਨਵੀਂ ਦਿੱਲੀ ਵਿੱਚ ਮਹਾਮਾਰੀ ਦੀ ਸਥਿਤੀ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕਈ ਸੂਬਿਆਂ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਤੇਜ਼ ਰਫ਼ਤਾਰ ਦੇ ਵਾਧੇ ਦੇ ਮੱਦੇਨਜ਼ਰ ਸੂਬਿਆਂ ਨੂੰ RT-PCR ਟੈਸਟਾਂ ਦੀ ਰਫ਼ਤਾਰ ਵਧਾਉਣ ਦੀ ਹਦਾਇਤ ਕੀਤੀ ਗਈ ਹੈ। ਕੋਵਿਡ 19 ਦੇ ਜ਼ਿਆਦਾ ਪ੍ਰਭਾਵ ਹੇਠ ਆਏ 47 ਜ਼ਿਲ੍ਹਿਆਂ ਵਿੱਚ ਟੈਸਟ ਪ੍ਰਕਿਰਿਆ ਦਾ ਦਾਇਰਾ ਅਤੇ ਰਫ਼ਤਾਰ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ। ਮੰਤਰਾਲਾ ਵੱਲੋਂ ਟੀਕਾਕਰਨ ਦੇ ਸਮਰੱਥ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇਣ ਲਈ ਵੀ ਹਦਾਇਤ ਕੀਤੀ ਗਈ ਹੈ। ਕਿ ਦੇਸ਼ ਮੇਂ ਕੁੱਲ ਐਕਟਿਵ ਕੇਸਿਸ ਕੀ ਸੰਖਿਆ ਬੜ ਕਰ 5,40,720 ਹੋਈ ਹੈ। ਇਹ 4% ਸੇ ਕੁਛ ਅਧਿਕ ਹੈ। ਔਰ ਅਗਰ ਮ੍ਰਿਤਯੂ ਦੇਖੇਂ ਤੋ ਵੋ 1,62,000 ਹੈ। ਇਹ 1.34% ਹੈ। ਔਰ ਰਿਕਵਰੀ ਰੇਟ ਦੇਖੇਂ ਤੋ ਇਹ 94% ਹੈ। ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ VK ਪਾਲ ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 11,064 ਕੋਵਿਡ ਵੇਰੀਐਂਟ ਪਾਏ ਗਏ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੋਵਿਡ 19 ਦੀ ਪੋਜ਼ਿਟਿਵਿਟੀ ਦਰ 9% ਹੈ ਅਤੇ ਮੌਜੂਦਾ ਸਮੇਂ ਸੂਬੇ ਵਿੱਚ 24,143 ਐਕਟਿਵ ਕੇਸ ਨੇ, ਜੋ ਕਿ ਕੁੱਲ ਕੇਸਾਂ ਦਾ 10.29% ਨੇ। ਸਿਹਤ ਮੰਤਰਾਲਾ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਮਹਾਮਾਰੀ ਤੋਂ ਸਿਹਤਯਾਬ ਹੋਣ ਦੀ ਦਰ 86.83% ਹੈ। ਪੰਜਾਬ ਵਿੱਚ ਕੋਵਿਡ 19 ਮਹਾਮਾਰੀ ਨਾਲ ਮੌਤ ਦੀ ਦਰ 2.88% ਹੈ। ਸੀਰੀਅਸ ਕਾਜ਼ ਫਾਰ ਕੰਸਰਨ ਇਨ ਸਮ ਸਟੇਟਸ ਇਨ ਪਰਟੀਕੂਲਰ ਦੇਰ ਇਜ਼ ਅ ਹਿਊਜ ਕਾਜ਼ ਫਾਰ ਵਰੀ, ਬਟ ਆਈ ਥਿੰਕ ਨੋ ਸਟੇਟ ਐਂਡ ਨੋ ਪਾਰਟ ਆਫ ਆਰ ਕੰਟਰੀ, ਨੋ ਡਿਸਟ੍ਰਿਕਟ, ਨੋ ਜ਼ਿਲ੍ਹਾ ਸ਼ੁੱਡ ਬੀ ਕੰਪਲੈਸੈਂਟ, ਬਿਕੋਜ਼ ਵਾਟ ਦ ਟ੍ਰੈਂਡਸ ਸ਼ੋ ਇਜ਼ ਦੈਟ the virus is still very active, can penetrate our defenses, and when we think we have found ways to control the virus, it strikes back. It has done so in our